ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅਤੇ ਅੱਜ ਹੈ 22 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 22 ਦਸੰਬਰ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਰਾਸ਼ਟਰੀ ਖੇਡ ਪੁਰਸਕਾਰ ਵਿੱਚ ਖੇਡ ਰਤਨ ਅਵਾਰਡ ਕਿਸ ਨੂੰ ਮਿਲੇਗਾ ਹਾਂਜੀ ਰਾਸ਼ਟਰੀ ਖੇਡ ਪੁਰਸਕਾਰ ਦੀ ਜਿਹੜੀ ਲਿਸਟ ਆ ਉਹ ਜਾਰੀ ਕਰ ਦਿੱਤੀ ਗਈ ਆ ਤੇ ਇਸ ਦੇ ਵਿੱਚ ਦੋ ਖਿਡਾਰੀਆਂ ਨੂੰ ਖੇਡ ਰਤਨ ਅਵਾਰਡ ਮਿਲੇਗਾ ਸਾਤਵਿਕ ਸਾਈ ਰਾਜ ਰੰਕੀ ਰੈਡੀ ਅਤੇ ਚਿਰਾਗ ਸੈਟੀ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਉਪਰੋਕਤ ਦੋਵੇਂ ਹੀ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਸਾਤਵਿਕ ਸਾਈ ਰਾਜ ਰੰਕੀ ਰੈਡੀ ਅਤੇ ਚਿਰਾਗ ਸੈਟੀ অপশন সি ইথে রাইট আনসার সি ਹੁਣ ਅਸੀਂ ਰਾਸ਼ਟਰੀ ਖੇਡ ਪੁਰਸਕਾਰ ਦੀ ਗੱਲ ਕਰ ਰਹੇ ਹਾਂ ਤਾਂ ਇਸ ਦੀ ਮੈਡਲ ਸੂਚੀ ਨੂੰ ਡਿਟੇਲ ਦੇ ਵਿੱਚ ਚੈੱਕ ਕਰ ਲੈਣੇ ਆ ਖੇਡ ਮੰਤਰਾਲੇ ਨੇ ਇਸ ਸਾਲ ਮਿਲਣ ਵਾਲੇ ਖੇਡ ਪੁਰਸਕਾਰਾਂ ਲਈ ਖਿਡਾਰੀਆਂ ਤੇ ਐਥਲੀਟਾਂ ਦੇ ਨਾਮਾਂ ਦੀ ਸੂਚੀ ਜਾਰੀ ਕਰ ਦਿੱਤੀ ਤੇ ਰਾਸ਼ਟਰੀ ਖੇਡ ਪੁਰਸਕਾਰ 9 ਜਨਵਰੀ 2024 ਨੂੰ ਰਾਸ਼ਟਰਪਤੀ ਭਵਨ ਵਿਖੇ ਦਿੱਤੇ ਜਾਣਗੇ ਅਤੇ ਇਹ ਸਾਰੇ ਪੁਰਸਕਾਰ ਰਾਸ਼ਟਰਪਤੀ ਵੱਲੋਂ ਦਿੱਤੇ ਜਾਣਗੇ ਜਾਨੀ ਕਿ ਦ੍ਰੋਪਦੀ ਮੁਰਮੂਜੀ ਦੇਣਗੇ ਦੇ ਖੇਡ ਪੁਰਸਕਾਰਾਂ ਦੀ ਜਿਹੜੀ ਜਾਰੀ ਸੂਚੀ ਕੀਤੀ ਗਈ ਆ ਉਹਨੂੰ ਚੈੱਕ ਕਰ ਲੈਣੇ ਆ ਖੇਡ ਰਤਨ ਅਵਾਰਡ 2023 ਇਹ ਮਿਲਣ ਜਾ ਰਿਹਾ ਜੀ ਖੇਡ ਰਤਨ ਅਵਾਰਡ ਚਿਰਾਗ ਸੈਟੀ ਇਹ ਬੈਡਮਿੰਟਨ ਦੇ ਪਲੇਅਰ ਆ ਅਤੇ ਸਾਤਵਿਕ ਸਾਈ ਰਾਜਰੰਗੀ ਰੈਡੀ ਇਹ ਵੀ ਬੈਡਮਿੰਟਨ ਦੇ ਪਲੇਅਰ ਆ ਇਸ ਤੋਂ ਇਲਾਵਾ ਅਰਜੁਨ ਅਵਾਰਡ ਅਰਜੁਨ ਅਵਾਰਡ 27 27 ਖਿਡਾਰੀਆਂ ਨੂੰ ਮਿਲਣ ਜਾ ਰਿਹਾ ਵਾ ਕ੍ਰਿਕਟ ਦੇ ਟੋਟਲ 29 ਖਿਡਾਰੀਆਂ ਦੀ ਲਿਸਟ ਸੀ ਜਿਸ ਦੇ ਵਿੱਚੋਂ ਦੋ ਨੂੰ ਰਤਨ ਅਵਾਰਡ ਮਿਲਣ ਜਾ ਰਿਹਾ ਤੇ ਅਰਜੁਨ ਅਵਾਰਡ 27 ਖਿਡਾਰੀਆਂ ਨੂੰ ਮਿਲੇਗਾ ਸਭ ਤੋਂ ਪਹਿਲਾਂ ਦੇਖੋ ਆਪਾਂ ਗੱਲ ਕਰਦੇ ਆ ਇਸੀ ਪਰਸੋਂ ਹੀ ਮੈਂ ਤੁਹਾਨੂੰ ਕਰਵਾਇਆ ਕਿ ਬੀਸੀਸੀਆਈ ਨੇ ਮੰਗ ਕੀਤੀ ਸੀ ਕਿ ਮੁਹੰਮਦ ਸ਼ਮੀ ਨੂੰ ਅਰਜੁਨ ਅਵਾਰਡ ਦਿੱਤਾ ਜਾਵੇ ਕਿਉਂਕਿ ਇਹਨਾਂ ਨੇ ਵਰਲਡ ਕੱਪ ਦੇ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹਾਂਜੀ ਤਾਂ ਅਰਜੁਨ ਅਵਾਰਡ ਮਿਲਣ ਜਾ ਰਿਹਾ ਮੁਹੰਮਦ ਸ਼ਮੀ ਨੂੰ ਕ੍ਰਿਕਟ ਦੇ ਪਲੇਅਰ ਆਹੇ ਔਜਸ ਪਰਵੀਨ ਦੇਵਤਾਲੇ ਨੂੰ ਵੀ ਅਰਜੁਨ ਅਵਾਰਡ ਮਿਲਣ ਜਾ ਰਿਹਾ ਇਹ ਨੇ ਤੀਰ ਅੰਦਾਜ਼ੀ ਦੇ ਪਲੇਅਰ ਅਦਿੱਤੀ ਗੋਪੀ ਚੰਦ ਸਵਾਮੀ ਇਹਨਾਂ ਨੂੰ ਵੀ ਅਰਜੁਨ ਅਵਾਰਡ ਮਿਲਣ ਜਾ ਰਿਹਾ ਤੀਰ ਅੰਦਾਜ਼ੀ ਦੇ ਪਲੇਅਰ ਆ ਇਹ ਸ਼੍ਰੀ ਸ਼ੰਕਰ ਐਥਲੀਟ ਅਤੇ ਇਹਨਾਂ ਨੂੰ ਵੀ ਅਰਜੁਨ ਅਵਾਰਡ ਮਿਲਣ ਜਾ ਰਿਹਾ 파ਰੁਲ ਚੌਧਰੀ ਇਹਨਾਂ ਨੂੰ ਵੀ ਅਰਜੁਨ ਅਵਾਰਡ ਮਿਲਣ ਜਾ ਰਿਹਾ ਮੁੱਕੇਵਾਜ਼ਾ ਮੁਹੰਮਦ ਹੁਸ਼ਾਮੁਦੀਨ ਇਹਨਾਂ ਨੂੰ ਵੀ ਅਰਜੁਨ ਅਵਾਰਡ ਮਿਲਣ ਜਾ ਰਿਹਾ ਆਰਵੇ ਸ਼ਾਲੀ ਇਸ ਤਰ੍ਹਾਂ ਦੇ ਪਲੇਅਰਾਂ ਤੇ ਇਹਨਾਂ ਨੂੰ ਵੀ ਅਰਜਨ ਅਵਾਰਡ ਮਿਲਣ ਜਾ ਰਿਹਾ। ਅੱਗੇ ਆ ਜੀ 소ਸ਼ੀਲਾ ਚਾਨ ਨੂੰ ਹਾਕੀ ਦੇ ਪਲੇਅਰਾਂ ਇਹਨਾਂ ਨੂੰ ਵੀ ਅਰਜਨ ਅਵਾਰਡ ਮਿਲਣ ਜਾ ਰਿਹਾ। ਪਵਨ ਕੁਮਾਰ ਕਬੱਡੀ ਦੇ ਪਲੇਅਰਾਂ ਇਹਨਾਂ ਨੂੰ ਵੀ ਅਰਜਨ ਅਵਾਰਡ ਮਿਲੇਗਾ। ਰੀਤੂ ਨੈਗੀ ਇਹ ਕਬੱਡੀ ਦੇ ਪਲੇਅਰਾਂ ਇਹਨਾਂ ਨੂੰ ਵੀ ਅਰਜਨ ਅਵਾਰਡ ਮਿਲੇਗਾ। ਨਸਰੀਨ ਖੋਖੋ ਅਰਜਨ ਅਵਾਰਡ ਦੇ ਲਈ ਨਾਮਜ਼ਦ ਹੋਏ ਆ। ਪਿੰਕੀ ਲਾਇਨ ਇਹ ਵੀ ਅਰਜਨ ਅਵਾਰਡ ਦੇ ਲਈ ਆ ਨਾਮਜ਼ਦ ਕੀਤੇ ਗਏ ਆ। ਅਸ਼ਵਰਿਆ ਪ੍ਰਤਾਪ ਸਿੰਘ ਤੋਮਰ ਇਹ ਸ਼ੂਟਿੰਗ ਦੇ ਪਲੇਅਰ ਆ ਤੇ ਇਹਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਅਰਜਨ ਨੂੰ ਅਵਾਰਡ ਲਈ ਈਸ਼ਾ ਸਿੰਘ ਇਹਨਾਂ ਨੂੰ ਵੀ ਅਰਜਨ ਨੂੰ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਹਰਿੰਦਰਪਾਲ ਸਿੰਘ ਸਕੁਐਸ ਦੇ ਪਲੇਅਰ ਆ ਹ ਅਹਿਕਾ ਮੁਖਰਜੀ ਟੇਬਲ ਟੈਨਿਸ ਦੇ ਪਲੇਅਰ ਆ ਸੁਨੀਲ ਕੁਮਾਰ ਕੁਸ਼ਤੀ ਦੇ ਪਲੇਅਰ ਆ ਅੰਤਮ ਅੰਤਮ ਪੰਗਾਲ ਕੁਸ਼ਤੀ ਦੇ ਪਲੇਅਰ ਆ ਇਹ ਵੀ ਤੇ ਰੋਸ਼ੀ ਵਿਨਾ ਦੇਵੀ ਵਸੂ ਸ਼ੀਤਲ ਦੇਵੀ ਪੈਰਾ ਤੀਰੰਦਾਜ਼ੀ ਦੇ अजय ਕੁਮਾਰ ਬਲਾਈਂਡ ਕ੍ਰਿਕਟ ਦੇ ਇਹਨਾਂ ਨੂੰ ਨੋਟ ਕਰ ਲੈਣਾ ਤੁਸੀਂ ਪਰਾਚੀ ਜਾਦ ਪੈਰਾ ਕੈਨੋਇੰਗ ਅਨੁਸ਼ ਅਗਰਵਾਲ ਕੋਰਸ ਸਵਾਰੀ ਦਿਵਯਕ ਦਿਵਯਕਿਰਤੀ ਸਿੰਘ ਇਹ ਵੀ ਕੋਰਸ ਸਵਾਰੀ ਦੇ ਆ ਤੇ ਧਿਕਸ਼ਾ ਡਾਗਰ ਇਸ ਤੋਂ ਇਲਾਵਾ ਕ੍ਰਿਸ਼ਨ ਬਹਾਦਰ ਪਾਠਕ ਹਾਕੀ ਦੇ ਪਲੇਅਰ ਆ ਇਹਨਾਂ ਸਾਰਿਆਂ ਨੂੰ ਅਰਜੁਨ ਅਵਾਰਡ ਮਿਲਣ ਜਾ ਰਹੇ ਆ ਤੇ ਇਹ ਸਾਰੇ ਤੁਸੀਂ ਲਿਸਟ ਨੋਟ ਕਰਕੇ ਰੱਖ ਸਕਦੇ ਹੋ ਕਿਉਂਕਿ ਬਹੁਤ ਇੰਪੋਰਟੈਂਟ ਆ ਇਹਨਾਂ ਦੇ ਵਿੱਚੋਂ ਕਿਸੇ ਵੀ ਖਿਡਾਰੀ ਦਾ ਨਾਮ ਆ ਸਕਦਾ ਕਿ ਹੇਟ ਲੀਗਾਂ ਵਿੱਚੋਂ ਕਿਹੜੇ ਖਿਡਾਰੀ ਨੂੰ ਅਰਜੁਨ ਅਵਾਰਡ ਮਿਲਿਆ ਜਾਂ ਰਤਨ ਅਵਾਰਡ ਮਿਲਿਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੰਨਾ-ਕਿੰਨਾ ਨੂੰ ਮਿਲਿਆ ਵਾ ਠੀਕ ਹੈ ਇੱਕ ਵਾਰ ਰੀਡ ਕਰ ਲੈਣਾ ਤੇ ਇੱਕ ਵਾਰ ਨੋਟ ਕਰ ਲਓਗੇ ਤਾਂ ਤੁਹਾਨੂੰ ਪੱਕਾ ਹੋ ਜਾਊਗਾ ਨੈਕਸਟ ਕੁਐਸਚਨ ਆ ਜੀ ਹਾਲ ਹੀ ਵਿੱਚ ਲੀਫ ਐਰਿਕਸ਼ਨ ਲੂਨਰ ਅਵਾਰਡ ਕਿਸ ਨੂੰ ਦਿੱਤਾ ਗਿਆ ਹਾਂਜੀ ਲੀਫ ਐਰਿਕਸ਼ਨ ਲੂਨਰ ਅਵਾਰਡ ਮਿਲਿਆ ਵਾ ਇਸਰੋ ਨੂੰ ਚੰ드ਰੀਅਨ 3 ਦੀ ਉਪਲਬਧੀ ਕਰਕੇ ਮਿਲੇ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਵੈਰੀ ਇੰਪੋਰਟੈਂਟ ਲੀਫ ਐਰਿਕਸ਼ਨ ਲੂਨਰ ਅਵਾਰਡ ਇਸਰੋ ਨੂੰ ਦਿੱਤਾ ਗਿਆ ਇਸਰੋ ਇਸਰੋ ਜਾਂ ਸਾਡੇ ਦੇਸ਼ ਭਾਰਤ ਦੀ ਸਪੇਸ ਏਜੰਸੀ ਦਾ ਨਾਮ ਹੈ ਜਿਸ ਦੀ ਫੁੱਲ ਫਾਰਮ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ 1969 ਦੇ ਵਿੱਚ ਹੋਈ ਸੀ ਤੇ ਇਸ ਦਾ ਹੈੱਡਕੁਆਰਟਰ ਬੰਗਲੌਰ ਦੇ ਵਿੱਚ ਆ ਤੇ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਆ ਐਸ ਸੋਮਨਾਥ ਨੈਕਸਟ ਪੋਜੀਸ਼ਨ ਕਿਸ ਨੇ ਹਾਲ ਹੀ ਵਿੱਚ ਜੇਲ੍ਹਾਂ ਦੇ ਡਾਇਰੈਕਟਰ ਜਨਰਲ ਵਜੋਂ ਅਧਿਕਾਰਤ ਤੌਰ ਤੇ ਆਉਂਦਾ ਸੰਭਾਲਿਆ ਹਾਂਜੀ ਜੇਲ੍ਹਾਂ ਦੇ ਡਾਇਰੈਕਟਰ ਜਨਰਲ ਵਜੋਂ ਅਧਿਕਾਰਤ ਤੌਰ ਤੇ ਆਉਂਦਾ ਸੰਭਾਲਿਆ ਵਾ ਮਹੇਸ਼ਵਰ ਦਿਆਲ ਨੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਜੇਲ੍ਹਾਂ ਦੇ ਡਾਇਰੈਕਟਰ ਜਨਰਲ ਬਣਿਆ ਤੇ ਦੇਖ ਸਕਦੇ ਹੋ ਤੁਸੀਂ ਆਈਪੀਐਸ ਆਫੀਸਰ ਮਹੇਸ਼ਵਰ ਦਿਆਲ ਉਨੀਕੋ ਅਪੁਆਇੰਟਮੈਂਟ ਦੀ ਗੱਲ ਆ ਤਾਂ ਪਰਮਸੈਨ ਨੂੰ ਪੀਐਫਆਰਡੀਏ ਬੋਰਡ ਦਾ ਪਾਰਟ ਟਾਈਮ ਮੈਂਬਰ ਚੁਣਿਆ ਗਿਆ ਫਾਤਿਮਾ ਬਸੀਮ ਸਿਆਚਿਨ ਗਲੇਸ਼ੀਅਰ ਦੇ ਆਪਰੇਸ਼ਨਲ ਪੋਸਟ ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫਸਰ ਬਣੀ ਕੇਐਸ ਰੈਡੀ ਨੂੰ ਹైదరాబాద్ ਸਿਟੀ ਪੁਲਿਸ ਕਮਿਸ਼ਨਰ ਚੁਣਿਆ ਗਿਆ ਸैम ਆਲਟਮੈਨ ਨੂੰ ਓਪਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੀਈਓ ਵਜੋਂ ਦੁਬਾਰਾ ਚੁਣਿਆ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ 2023 ਵਿੱਚ ਭਾਰਤੀ ਬੈਂਕਾਂ ਵਿੱਚ ਲਵਾਰਸ ਜਮਾ ਕਿੰਨੇ ਪ੍ਰਤੀਸ਼ਤ ਵਧ ਕੇ 42 ਹਜ਼ਾਰ ਕਰੋੜ ਰੁਪਏ ਹੋ ਗਏ ਹਨ ਹਾਂਜੀ ਜਿਹੜੀ ਲਵਾਰਸ ਜਮਾ ਰਾਸ਼ੀ ਆ 2023 ਦੇ ਵਿੱਚ ਭਾਰਤੀ ਬੈਂਕਾਂ ਦੇ ਵਿੱਚ 28% ਵਧ ਕੇ 42 ਹਜ਼ਾਰ ਕਰੋੜ ਰੁਪਏ ਹੋਈ ਹੈ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਇੰਡੀਅਨ ਸਟਰੀਟ ਪ੍ਰੀਮੀਅਰ ਲੀਗ ਚ ਮੁਵਈ ਦੀ ਮੁਵਈ ਦੀ ਟੀਮ ਦਾ ਮਾਲਕ ਕੌਣ ਬਣਿਆ ਹੈ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਆਈਪੀਐਲ ਦੀ ਜਿਹੜੀ ਨਿਲਾਮੀਆਂ ਬੋਲੀ ਆ ਉਹ ਹੋ ਚੁੱਕੀ ਆ ਤੇ ਇੰਡੀਅਨ ਸਟਰੀਟ ਪ੍ਰੀਮੀਅਰ ਲੀਗ ਚ ਮੁਵਈ ਟੀਮ ਦੇ ਮਾਲਕ ਬਣਿਆ ਅਮਿਤab ਬਚਨ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਮੁਵਈ ਟੀਮ ਦੇ ਮਾਲਕ ਆ ਅਮਿਤab ਬਚਨ ਤੇ ਇਹ ਟੈਨਿਸ ਬਾਲ ਟੀ20 ਕ੍ਰਿਕਟ ਲੀਗ ਆ ਜਿਹੜੀ ਇੰਡੀਅਨ ਸਟਰੀਟ ਪ੍ਰੀਮੀਅਰ ਲੀਗ ਆ ਪੈਨਿਸਵਾਲ T20 ਕ੍ਰਿਕਟ ਦੀ ਲੀਗ ਹੈ ਠੀਕ ਹੈ ਤੇ ਇਸ ਦੇ ਵਿੱਚ 6 ਟੀਮਾਂ ਪਾਰਟਿਸਿਪੇਟ ਕਰਨਗੀਆਂ 19 ਮੁਕਾਬਲੇ ਹੋਣਗੇ 2 ਮਾਰਚ ਤੋਂ ਲੈ ਕੇ 9 ਮਾਰਚ ਤੱਕ ਚੱਲੇਗੀ ਨੈਕਸਟ ਕੁਐਸਚਨ ਹਾਲ ਹੀ ਵਿੱਚ ਕੇਸ ਬੈਂਕ ਨੇ ਪਹਿਲੀ ਵਾਰ ਮਾਰਕੀਟ ਪੂੰਜੀਕਰਨ ਵਿੱਚ 5 ਟ੍ਰਿਲੀਅਨ ਦੇ ਅੰਕ ਨੂੰ ਸ਼ੋਹਿਆ ਹੈ ਜਾਨੀ ਕਿ ਮਾਰਕੀਟ ਪੂੰਜੀਕਰਨ ਵਿੱਚ 5 ਟ੍ਰਿਲੀਅਨ ਦੇ ਅੰਕ ਤੱਕ ਕਿਹੜੀ ਬੈਂਕ ਪਹੁੰਚੀ ਹੈ SBI অপশন বি ইজ আ রাইট आंसर এসবিআই ਜਾਨੀ ਕਿ ਸਟੇਟ ਬੈਂਕ ਆਫ ਇੰਡੀਆ ਇਸ ਦੀ ਸਥਾਪਨਾ 1955 ਦੇ ਵਿੱਚ ਹੋਈ ਇਸ ਦਾ ਹੈਡਕੁਆਰਟਰ ਮੂਵ ਹੋਈ ਦੇ ਵਿੱਚ ਤੇ ਅਟ ਪ੍ਰੈਜ਼ੀਡੈਂਟ ਇਸ ਦੇ ਚੇਅਰਮੈਨ ਆ ਦਿਨੇਸ਼ ਕੁਮਾਰ ਖਾਰਾ ਠੀਕ ਹੈ ਤੇ ਐਸਬੀਆਈ ਬੈਂਕ ਨੇ ਪਹਿਲੀ ਵਾਰ ਮਾਰਕੀਟ ਪੂੰਜੀਕਰਨ ਨੂੰ 5 ਟ੍ਰਿਲੀਅਨ ਤੱਕ ਪਹੁੰਚੀ ਐ ਐਸਬੀਆਈ ਬੈਂਕ ਆ ਜਿਹੜੀ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਬਕਾਰੀ ਅੰਤਰਰਾਸ਼ਟਰੀ ਡਾਕਟੋਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੈ ਹਾਂਜੀ ਬਕਾਰੀ ਅੰਤਰਰਾਸ਼ਟਰੀ ਡਾਕਟ ਡਾਕਟੋਰੇਟ ਦੀ ਜਿਹੜੀ ਡਾਕਟੋਰੇਟ ਦੀ ਡਿਗਰੀ ਹੈ ਜਿਹੜੀ ਇਹ ਪ੍ਰਾਪਤ ਕੀਤੀ ਹੈ ਡਾਕਟਰ ਨਿਤਿਨ ਮੋਹਨ ਨੇ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਇੱਕ ਪ੍ਰਸਿੱਧ ਵਿਗਿਆਨੀ ਹੈ ਤੇ ਇਹਨਾਂ ਨੂੰ ਹੀ ਅੰਤਰਰਾਸ਼ਟਰੀ ਡਾਕਟੋਰੇਟ ਦੀ ਡਿਗਰੀ ਮਿਲੀ ਹੈ ਨੈਕਸਟ ਹੈ ਹਾਲ ਹੀ ਵਿੱਚ ਨਵੰਬਰ ਵਿੱਚ ਭਾਰਤ ਦਾ ਥਰਮਲ ਕੋਲੇ ਦਾ ਆਜ਼ਾਦ ਕਿਸ ਦੇਸ਼ ਤੋਂ 2 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ਤੇ ਰਿਹਾ ਹਾਂਜੀ ਨਵੰਬਰ ਦੇ ਵਿੱਚ ਭਾਰਤ ਦਾ ਥਰਮਲ ਕੋਲੇ ਦਾ ਜਿਹੜਾ ਆਜਾਤ ਆ ਇਹ ਅਮਰੀਕਾ ਤੋਂ 2 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ਦੇ ਰਿਹਾ ਆਪਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਅਮਰੀਕਾ ਦੀ ਗੱਲ ਆ ਤਾਂ ਅਮਰੀਕਾ ਦੀ ਕੈਪੀਟਲ ਆ ਵਾਸ਼ਿੰਗਟਨ ਡੀਸੀ ਕਰੰਸੀ ਆ ਅਮਰੀਕਨ ਡਾਲਰ ਪ੍ਰੈਜ਼ੀਡੈਂਟ ਆ ਜੋਰ ਵਾਈਡਨ ਯੂਐਸ ਸਟਾਰਟਅਪ ਫੰਡਿੰਗ ਗਲੋਬਲ ਰੈਂਕਿੰਗ 2023 ਵਿੱਚ ਟੌਪ ਤੇ ਰਿਹਾ ਯੂਐਸਏ ਭਾਰਤ ਤੇ ਅਮਰੀਕਾ ਵਿੱਚ ਘਾਰ ਸੰਜੋਗਤ ਅਭਿਆਸ ਬਜਰਾ ਪਰਹਾਰ ਆਪਣੇ ਦੇਸ਼ ਭਾਰਤ ਮਿਜ਼ੋਰਮ ਦੇ ਵਿੱਚ ਹੋਇਆ ਮਿਜ਼ੋਰਮ ਦੇ ਉਮਰੋਈ ਦੇ ਵਿੱਚ ਹੋਇਆ ਤੁਸੀਂ ਧਿਆਨ ਦੇ ਵਿੱਚ ਰੱਖਣਾ ਅਮਰੀਕਾ ਫਿਨਟੈਕ ਯੂਨੀਕਰੋਨ ਦੇ ਮਾਮਲੇ ਵਿੱਚ ਸਟੌਪ ਤੇ ਰਿਹਾ ਤੇ ਅਮਰੀਕਾ ਦੇ ਮੈਰੀਲੈਂਡ ਵਿੱਚ ਭਾਰਤ ਤੋਂ ਬਾਹਰ ਡਾਕਟਰ ਭੀਮਰਾਓ ਅੰਬੇਡਕਰ ਦੀ ਸਭ ਤੋਂ ਵੱਡੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਨਿਊ ਜਰਸੀ ਦੇ ਵਿੱਚ ਭਾਰਤ ਤੋਂ ਬਾਹਰ ਦੁਨੀਆ ਦੇ ਸਭ ਤੋਂ ਵੱਡੇ ਹਿੰਦੂ ਮੰਦਿਰ ਦਾ ਉਦਘਾਟਨ ਕੀਤਾ ਗਿਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਅੰਤਰਰਾਸ਼ਟਰੀ ਮਨੁੱਖੀ ਏਕਤਾ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਇਕਤਾ ਨੂੰ ਵਧਾਵਾ ਦੇਣ ਦੇ ਲਈ ਅੰਤਰਰਾਸ਼ਟਰੀ ਮਨੁੱਖੀ ਇਕਤਾ ਦਿਵਸ ਹਰੇਕ ਸਾਲ 20 ਦਸੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਆ ਰਾਈਟ ਆਨਸਰ ਤੇ ਇਸ ਵਾਰ ਦੇ ਅੰਤਰਰਾਸ਼ਟਰੀ ਮਨੁੱਖੀ ਇਕਤਾ ਦਿਵਸ ਦੀ ਥੀਮ ਐਡਵੋਕੇਟ ਫਾਰ ਚੈਨ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਹੋ ਰਹੀ ਆ ਤਾਂ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ ਬੀਐਸਐਫ ਦਾ ਸਥਾਪਨਾ ਦਿਵਸ ਮਨਾਇਆ ਗਿਆ 2 ਦਸੰਬਰ ਨੂੰ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ ਰਾਸ਼ਟਰੀ ਪ੍ਰਦੂਸ਼ਣ ਨਿਯੰਤਰਣ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਗੁਲਾਮੀ ਖਾਤਮਾ ਦਿਵਸ ਬਣਾਇਆ ਗਿਆ 3 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਬਣਾਇਆ ਗਿਆ ਇਸ ਤੋਂ ਇਲਾਵਾ 4 ਦਸੰਬਰ ਦੀ ਜੇਕਰ ਗੱਲ ਕਰੀਏ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਬਣਾਇਆ ਗਿਆ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਬਣਾਇਆ ਗਿਆ ਅਤੇ ਰਾਸ਼ਟਰੀ ਵਲੰਟੀਅਰ ਦਿਵਸ 5 ਦਸੰਬਰ ਨੂੰ ਮਨਾਇਆ ਗਿਆ 6 ਦਸੰਬਰ ਨੂੰ ਮਹਾਪਰਿਨਿਰਵਾਣ ਦਿਵਸ ਬਣਾਇਆ ਗਿਆ 7 ਦਸੰਬਰ ਨੂੰ ਮਨਾਇਆ ਗਿਆ ਵਾਜੀ 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਅੰਤਰਰਾਸ਼ਟਰੀ ਸਹਿਰੀ ਹਵਾਵਾਜੀ ਦਿਵਸ ਮਨਾਇਆ ਗਿਆ 8 ਦਸੰਬਰ ਨੂੰ ਬੋਧੇ ਦਿਵਸ ਮਨਾਇਆ ਗਿਆ 9 ਦਸੰਬਰ ਨੂੰ ਅੰਤਰਰਾਸ਼ਟਰੀ ਅੰਤਰਰਾਸ਼ਟਰੀ ਪ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਤੋਂ ਇਲਾਵਾ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਯੂਨੀਸੇਫ ਦਿਵਸ ਮਨਾਇਆ ਗਿਆ 12 ਦਸੰਬਰ ਨੂੰ ਯੂਨੀਵਰਸਲ ਹੈਲਥ ਕਵਰੇਜ ਦਿਵਸ ਮਨਾਇਆ ਗਿਆ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ 16 ਦਸੰਬਰ ਨੂੰ ਵਿਜੇ ਦਿਵਸ ਮਨਾਇਆ ਗਿਆ 18 ਦਸੰਬਰ ਨੂੰ ਘਟ ਗਿਣਤੀ ਅਧਿਕਾਰ ਦੇਵਸ ਅੰਤਰਰਾਸ਼ਟਰੀ ਪ੍ਰਵਾਸੀ ਦਿਵਸ ਮਨਾਇਆ ਗਿਆ 19 ਦਸੰਬਰ ਨੂੰ ਗੋਆ ਮੁਕਤੀ ਦਿਵਸ ਮਨਾਇਆ ਗਿਆ 20 ਦਸੰਬਰ ਨੂੰ ਅੰਤਰਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ ਨੈਕਸਟ ਪੋਜੀਸ਼ਨ ਕਿਸ ਦੇਸ਼ ਨੇ ਹਾਲ ਹੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਗਲੋਬਲ ਪਾਰਟਨਰਸ਼ਿਪ ਦੀ ਮੇਜ਼ਬਾਨੀ ਕੀਤੀ ਹਾਂਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਗਲੋਬਲ ਪਾਰਟਨਰਸ਼ਿਪ ਦੀ ਮੇਜ਼ਬਾਨੀ ਕੀਤੀ ਸਾਡੇ ਦੇਸ਼ ਭਾਰਤ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਭਾਰਤ ਨੇ ਕੀਤੀ ਹੈ ਤਾਂ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਰੈਂਸੀਆ ਇੰਡੀਅਨ ਰੁਪਇਆ ਪ੍ਰੈਜ਼ੀਡੈਂਟਾ ਦ੍ਰੋਪਦੀ ਮੁਰਮੂਜੀ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਭਾਰਤ ਅਰਥਵਿਵਸਥਾ ਦੇ ਮਾਮਲੇ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪੰਜਵੇਂ ਨੰਬਰ ਤੇ ਆ ਦੁੱਧ ਉਤਪਾਦਨ ਅਤੇ ਦਾਲਾਂ ਦੇ ਉਤਪਾਦਨ ਦੇ ਵਿੱਚ ਪਹਿਲੇ ਨੰਬਰ ਤੇ ਆ ਇਸ ਤੋਂ ਇਲਾਵਾ ਚੀਨੀ ਦੇ ਉਪਭੋਗਤਾ ਦੇ ਮਾਮਲੇ ਦੇ ਵਿੱਚ ਭਾਰਤ ਪਹਿਲੇ ਨੰਬਰ ਤੇ ਆ। ਭਾਰਤ ਦੇ ਨਾਲ ਕੁੱਲ 7 ਦੇਸ਼ਾਂ ਦੀ ਹਾਜ਼ਰ ਲੱਗਦੀ ਹੈ। ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਚੀਨ, ਬਰਮਾ, ਬੰਗਲਾਦੇਸ਼, ਭੂਟਾਨ ਤੇ ਮਲੇਸ਼ੀਆ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲੇ ਦੀ ਆਗਿਆ ਦੇਵੇਗਾ। ਭਾਰਤ ਸੋਸ਼ਲ ਮੀਡੀਆ ਲਈ ਸਖਤ ਉਮਰ ਤਸਦੀਕ ਦੀ ਯੋਜਨਾ ਬਣਾ ਰਿਹਾ। ਭਾਰਤ ਨੇ 2023-24 ਵਿੱਚ ਰਿਕਾਰਡਡ 41010 ਪੇਟੈਂਟ ਬਣਾਈ। ਭਾਰਤ ਲਗਾਤਾਰ ਤੀਜੀ ਵਾਰ AIBD ਦਾ ਪ੍ਰਧਾਨ ਚੁਣਿਆ ਗਿਆ। ਭਾਰਤ ਆਈਸੀਸੀ ਦੇ ਤਿੰਨੋਂ ਫਾਰਮੈਟਾਂ ਵਿੱਚ ਨੰਬਰ 1 ਟੀਮ ਬਣਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਦੀ ਕੈਬਨਿਟ ਨੇ ਐਡਵਾਂਸ ਹਾਂਜੀ ਕਿਸ ਰਾਜ ਦੀ ਕੈਬਨਿਟ ਨੇ ਐਡਵਾਂਸ ਪੈਡੀਆਟ੍ਰਿਕ ਸੈਂਟਰ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹਾਂਜੀ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਐਡਵਾਂਸ ਪੈਡੀਆਟ੍ਰਿਕ ਸੈਂਟਰ ਆ ਜਿਹੜਾ ਇਹ ਉੱਤਰ ਪ੍ਰਦੇਸ਼ ਦੇ ਵਿੱਚ ਬਣਨ ਜਾ ਰਿਹਾ ਹੈ অপশন বি ইজ দা রাইট আনসার। ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਬਣੇਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼। ਉੱਤਰ ਪ੍ਰਦੇਸ਼ ਦੀ ਕੈਪੀਟਲ ਹੈ ਲਖਨਊ। ਲਖਨਊ ਗੌਮਤੀ ਨਦੀ ਦੇ ਕਿਨਾਰੇ ਸਥਿਤ ਹੈ। ਇੱਥੋਂ ਦੇ ਚੀਫ ਮਿਨਿਸਟਰ ਆ ਯੋਗੀ ਅਦਿਤਿਆਨਾਥ ਅਤੇ ਗਵਰਨਰ ਆ ਅਨੰਦੀ ਵੈਨ ਪਟੇਲ। ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾਨ ਨੈਸ਼ਨਲ ਪਾਰਕ ਹੈ। ਇਥੋਂ ਦੇ ਫੇਮਸ ਲੋਕਨਾਚਾ ਚੋਰਾ ਨਟੰਕੀ ਕਜ਼ਰੀ ਤੇ ਭਾਰਤ ਵਿੱਚ ਸਭ ਤੋਂ ਵੱਧ ਬਸੋਂ ਵਾਲਾ ਰਾਜ ਆ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਸਰਕਾਰ ਨੇ 57 ਸਾਈਬਰ ਕਰਾਈਮ ਪੁਲਿਸ ਸਟੇਸ਼ਨ ਖੋਲਣ ਨੂੰ ਮਨਜ਼ੂਰੀ ਦਿੱਤੀ ਉੱਤਰ ਪ੍ਰਦੇਸ਼ ਸਰਕਾਰ ਨੇ ਭਾਰਤ ਦੇ ਪਹਿਲੇ ਟੈਲੀਕਮ ਸੈਂਟਰ ਆਫ ਐਕਸੀਲੈਂਸ ਦੀ ਘੋਸ਼ਣਾ ਕੀਤੀ। ਉੱਤਰ ਪ੍ਰਦੇਸ਼ ਦੀ ਸੀਐਸਜੀਐਮ ਯੂਨੀਵਰਸਿਟੀ ਨੇ ਐਨਏਏਸੀ ਦੁਆਰਾ A++ ਗ੍ਰੇਡਿੰਗ ਪ੍ਰਾਪਤ ਕੀਤੀ। ਉੱਤਰ ਪ੍ਰਦੇਸ਼ ਸਰਕਾਰ ਨੇ ਆਂਗਣਵਾੜੀ ਕੇਂਦਰਾਂ ਵਿੱਚ ਗਰਮ ਪਕਾਇਆ ਭੋਜਨ ਯੋਜਨਾ ਸ਼ੁਰੂ ਕੀਤੀ। ਨੈਕਸਟ ਕੋਸ਼ਿਸ਼ ਨਾ ਕਿਸ ਨੇ ਹਾਲ ਹੀ ਵਿੱਚ ਕਿਸ ਨੇ ਹਾਲ ਹੀ ਵਿੱਚ ਨੈਸ਼ਨਲ ਜੀਓਲੋਜੀ ਡਾਟਾ ਡਿਪੋਜ਼ਿਟਰੀ ਪੋਰਟਲ ਲਾਂਚ ਕੀਤਾ। ਹਾਂਜੀ ਨੈਸ਼ਨਲ ਜੀਓਲੋਜੀ ਡਾਟਾ ਰੀਪੋਜ਼ਿਟਰੀ ਪੋਰਟਲ ਲਾਂਚ ਕੀਤਾ ਵਾ ਪਹਿਲਾ ਜੀਓਸੀ ਨੇ অপਸ਼ਨ ਸੀ ਇਸ ザ ਰਾਈਟ ਆਨਸਰ ਪੋਰਟਲ ਦਾ ਨਾਮ ਯਾਦ ਰੱਖਣਾ ਨੈਸ਼ਨਲ ਜੀਓਲੋਜੀ ਡਾਟਾ ਰਿਪੋਜ਼ਿਟਰੀ ਨੈਕਸਟ ਕੁਐਸ਼ਨ ਹੈ ਕਿ ਸੈਂਚੂਰ ਨੇ ਹਾਲ ਹੀ ਵਿੱਚ ਜਨ ਆਰਟੀਫੀਸ਼ੀਅਲ ਇੰਟੈਲੀਜੈਂਸ ਸਟੂਡੀਓ ਖੋਲ੍ਹਿਆ ਹਾਂਜੀ ਸੈਂਚੂਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਟੂਡੀਓ ਖੋਲ੍ਹਿਆ ਵਾ ਬੰਗਲੌਰ ਦੇ ਵਿੱਚ অপਸ਼ਨ ਬੀ ਇਸ ザ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ